ਯੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੁੱਡ ਬੋਏ ਪੜਨੋ ਮੀ ਦੇ ਜੋ ਗਿਆ Rain, rain, go away. Little Yuvraj wants to play. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜੀ ਤੁਹਾਡਾ ਆਪਣਾ ਹਰਜੋਤ Hi guys, this is Neha. Welcome to the Garima Family Vlogs. ਤੇ ਅੱਜ ਅਸੀਂ ਆਏ ਹਾਂ ਜੀ ਆਕਲੈਂਡ ਦੇ ਸਿਟੀ ਸੈਂਟਰ ਦੇ ਵਿੱਚ ਜਿਵੇਂ ਤੁਸੀਂ ਪਿੱਛੇ ਦੇਖ ਸਕਦੇ ਹੋ ਇਹ ਹੈ ਜੀ ਨਿਊਜ਼ੀਲੈਂਡ ਦੀ ਆਈਕੋਨਿਕ ਐਂਡ ਟੋਲੈਸਟ ਬਿਲਡਿੰਗ ਸਕਾਈ ਟਾਵਰ ਇੱਥੇ ਨਿਊਜ਼ੀਲੈਂਡ ਦਾ ਬਿਗੈਸਟ ਕਸੀਨੋ ਹੈ ਅਤੇ ਕਾਫੀ ਅੱਛੇ ਰੈਸਟੋਰੈਂਟਸ ਵੀ ਨੇ ਜੋ ਕਿ ਅਸੀਂ ਆਉਣ ਵਾਲੀ ਵੀਡੀਓਜ਼ ਦੇ ਵਿੱਚ ਕਵਰ ਕਰਾਂਗੇ ਇਹ ਜਿਹੜਾ ਸਾਹਮਣੇ ਏਰੀਆ ਜਿੱਥੇ ਹਾਈ ਰਾਈਜ਼ ਬਿਲਡਿੰਗਸ ਨੇ ਇਹ ਆਕਲੈਂਡ ਦਾ ਕਾਰਪੋਰੇਟ ਹੱਬ ਹੈ ਜਿਹਨੂੰ ਕਿ CBD ਵੀ ਕਹਿ ਦਿੰਦੇ ਨੇ ਲੇਕਿਨ ਅੱਜ ਅਸੀਂ CBD ਏਰੀਆ ਤੋਂ ਥੋੜ੍ਹਾ ਸਾਈਡ 'ਤੇ ਆਏ ਹੋਏ ਹਾਂ ਜਿੱਥੇ ਕਿ ਹਾਰਬਰ ਹੈ ਇੱਥੋਂ ਡੇਲੀ ਡੋਲਫਿਨ ਅਤੇ ਵੇਲ ਵਾਚਿੰਗ ਕਰੂਜ਼ ਜਾਂਦੇ ਆ ਇਹਦੇ ਕਿ ਇੱਥੇ ਬੜਾ ਇੰਟਰਸਟਿੰਗ ਜਿਹਾ ਬ੍ਰਿਜ ਹੈ ਜੋ ਕਿ ਸੈਂਟਰ ਦੇ ਵਿੱਚੋਂ ਓਪਨ ਹੋ ਜਾਂਦਾ ਜਦੋਂ ਵੀ ਉਹ ਡੋਲਫਿਨ ਜਾਂ ਵੇਲ ਵਾਚਿੰਗ ਕਰੂਜ਼ ਜਾਂ ਪਰਸਨਲ ਬੋਟਸ ਆਉਂਦੀਆਂ ਨੇ ਫਿੰਗਰਸ ਕ੍ਰੋਸਡ ਅਗਰ ਅੱਜ ਕੋਈ ਕਰੂਜ਼ ਜਾਂ ਕੋਈ ਪਰਸਨਲ ਬੋਟ ਇੱਥੋਂ ਦੀ ਬ੍ਰਿਜ ਦੇ ਨੀਚੋਂ ਨਿਕਲਦੀ ਹੋਈ ਤਾਂ ਵਿਲ ਟਰਾਈ ਆਰ ਬੈਸਟ ਕਿ ਉਹ ਰਿਕਾਰਡ ਕਰਕੇ ਤੁਹਾਨੂੰ ਦਿਖਾ ਸਕੀਏ ਤਾਂ ਤੁਸੀਂ ਓਬਵੀਅਸਲੀ ਇੱਕ ਲਾਈਵ ਐਕਸਪੀਰੀਅੰਸ ਦੇਖ ਸਕੋਗੇ ਵੀ ਕਿਸ ਤਰ੍ਹਾਂ ਖੁੱਲ੍ਹਦਾ ਕਿਸ ਤਰ੍ਹਾਂ ਡਿਸਟੈਂਸ ਰੁਕ ਜਾਂਦੇ ਆ ਅਤੇ ਬੋਟ ਨਿਕਲਦੀ ਹੈ ਅਤੇ ਦੁਬਾਰਾ ਬੰਦ ਹੋ ਜਾਂਦਾ ਆਈ ਥਿੰਕ ਸਾਡਾ ਕਾਫੀ ਲੱਕੀ ਡੇ ਹੈ ਅੱਜ ਜਿਵੇਂ ਆਪਾਂ ਗੱਲ ਕਰ ਰਹੇ ਸੀ ਬੋਟ ਆਊਗੀ ਜਾਂ ਕਰੂਜ਼ ਆਊਗਾ ਤਾਂ ਅਸੀਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਹੁਣ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਹ ਜਿਹੜੀ ਵੇਲ ਵਾਚਿੰਗ ਅਤੇ ਡੋਲਫਿਨ ਵਾਚਿੰਗ ਦੀ ਕਰੂਜ਼ ਹੈ ਹੁਣ ਹੀ ਲੰਘ ਕੇ ਗਈ ਆ ਅਤੇ ਉਹਦੇ ਲਈ ਉਹਨਾਂ ਨੇ ਬ੍ਰਿਜ ਅਪ ਕਰਤਾ ਹੁਣ ਜਿਵੇਂ ਉਹ ਜਾ ਚੁੱਕੀ ਆ ਤਾਂ ਹੁਣ ਹੌਲੀ ਹੌਲੀ ਬ੍ਰਿਜ ਥੱਲੇ ਕਰ ਰਹੇ ਹਾਂ ਅਤੇ ਅਰਾਊਂਡ ਆਪਣੇ ਵੀ ਸਾਰੇ ਲੋਕ ਇਹੀ ਬ੍ਰਿਜ ਨੂੰ ਹੀ ਦੇਖਣ ਨੂੰ ਖੜ੍ਹੇ ਨੇ ਵਿਚ ਇਜ਼ ਰੀਅਲੀ ਇੰਟਰਸਟਿੰਗ ਟੂ ਸੀ ਅਤੇ ਜਿਵੇਂ ਆਹ ਦੇਖੋ ਸਾਰੇ ਪ੍ਰੋਟੈਸਟੀਅਨ ਖੜ੍ਹੇ ਸੀ ਇੱਥੇ ਹੁਣ ਇਹ ਗੇਟ ਓਪਨ ਕਰਨਗੇ ਤੇ ਗੇਟ ਓਪਨ ਹੋਣ ਤੋਂ ਬਾਅਦ ਨਾਓ ਪੈਡੈਸਟ੍ਰੀਅਨਸ ਕੈਨ ਗੋ ਸੋਚੋ ਕਿ ਯੁਵਰਾਜ ਕਿੱਥੇ ਹੈ ਸਾਨੂੰ ਦਿਖਾਣਾ ਹੈ ਯੁਵਰਾਜ ਕਿੱਥੇ ਹੈ ਅੱਜ ਉਹ ਸਾਡੇ ਕੋਲ ਨਹੀਂ ਆਊਗਾ ਕਿਉਂਕਿ ਉਹਦੀ ਮਾਸੀ ਆਈ ਹੋਈ ਹੈ ਅੱਜ ਉਹਦੀ ਮਾਸੀ ਆਈ ਹੈ ਜੀ ਤੇ ਮਾਸੀ ਦਾ ਫੈਨ ਆ ਉਹ ਹੈ ਜੀ ਸਤਿ ਸ਼੍ਰੀ ਅਕਾਲ ਕਾਕੀ ਕਾ ਗੁੱਡ ਬੋਏ ਇਹ ਹੈ ਜੀ ਮੇਰੀ ਸਿਸਟਰ ਐਸ਼ਵਰਿਆ ਹਾਈ ਗਾਇਸ ਅੱਜ ਯੁਵਰਾਜ ਬਹੁਤ ਬਿਜ਼ੀ ਹੈ ਹਾਈ ਸੇ ਹਾਈ ਗੁੱਡ ਬੋਏ ਆ ਚੱਲੀਏ ਫਿਰ ਚਲੋ ਚਲੋ ਵਾਕ ਕਰੀਏ ਚਲੋ ਲੈਟਸ ਵਾਕ ਆ ਜਾ ਕੇ ਬੋਟਸ ਦੇਖ ਕੇ ਆਈਏ ਟੋਪੀਆਂ ਧਾਰ ਪੁੱਤ ਠੰਡਾ ਹਵਾ ਚੱਲਦੀ ਠੰਡੀ ਹਵਾ ਹਾਂ ਹਵਾ ਚੱਲਦੀ ਆ ਚਲੋ ਆ ਜਾ ਚੱਲੀਏ ਚਲੋ ਲੈਟਸ ਗੋ ਫਾਲੋ ਫਾਲੋ ਬਸ ਹੋਰ ਨਹੀਂ ਜਾਣਾ ਬਸ ਪੌੜੀਆਂ ਅੱਗੇ ਬਾਏ ਕਰ ਚਿੜੀਆਂ ਨੂੰ ਚਿੜੀਆਂ ਬਾਏ ਬਾਏ ਸੀ ਯੂ ਯਾ ਬਾਏ ਕਰ ਚਿੜੀਆਂ ਨੂੰ ਆ ਚੱਲੀਏ ਚਿੜੀਆਂ ਗਈ ਪੁੱਤ ਆ ਜਾ ਹੋਰ ਲੱਭੀਏ ਚਲੋ ਹੋਰ ਚਿੜੀਆਂ ਲੱਭੀਏ ਚਲੋ ਵਧੀਆ ਇੱਥੇ ਰੈਸਟੋਰੈਂਟਸ ਬਣੇ ਨੇ ਆਰਾਮ ਨਾਲ ਤੁਸੀਂ ਇੱਥੇ ਬੈਠੋ ਤੇ ਨਾਲੇ ਵਧੀਆ ਨਜ਼ਾਰਾ ਲਓ ਇੱਥੇ ਪਾਣੀ ਦਾ ਸੀ ਦਾ ਇਟਸ ਵੈਰੀ ਰਿਲੈਕਸਿੰਗ ਜਿਸ ਐਸ ਫਾਰ ਐਸ ਆਈ ਰਿਮੈਂਬਰ ਇੱਥੇ ਨਾ ਇੱਕ ਇੰਡੀਅਨ ਰੈਸਟੋਰੈਂਟ ਹੁੰਦਾ ਸੀ ਆਈ ਥਿੰਕ ਉਹਦਾ ਨਾਮ ਅਰਬਨ ਟਰਬਨ ਸੀਗਾ ਬੜਾ ਵਧੀਆ ਸੀਗਾ ਉਹਨਾਂ ਨੇ ਕੀ ਕਰਿਆ ਹੋਇਆ ਸੀ ਜਿਵੇਂ ਆਪਣੇ ਇੰਡੀਆ 'ਚ 3 ਵੀਲਰ ਹੁੰਦੇ ਆ ਬਲੈਕ ਅਤੇ ਯੈਲੋ ਕਲਰ ਦੇ ਉਹ ਬਾਹਰ ਖੜਾਇਆ ਹੋਇਆ ਸੀ ਇਟ ਵਾਜ਼ ਰੀਅਲੀ ਨਾਈਸ ਵੀ ਉੱਥੇ ਬੈਠ ਕੇ ਤੁਸੀਂ ਫੋਟੋ ਫੋਟੋ ਖਿਚਾਓ ਇੰਜੋਏ ਕਰੋ ਨਾਲੇ ਲੰਚ ਦਾ ਮਜ਼ਾ ਆ ਗਿਆ ਡਿਨਰ ਦਾ ਮਜ਼ਾ ਆ ਗਿਆ ਜੋ ਵੀ ਤੁਸੀਂ ਕਰਨ ਆਏ ਹੋ ਅਤੇ ਥੋੜ੍ਹੀ ਜਿਹੀ ਇੰਡੀਆ ਦੀ ਥੋੜ੍ਹੀ ਨੋਸਟ੍ਰੈਲਜਿਕ ਫੀਲਿੰਗ ਆ ਜਾਂਦੀ ਸੀ ਵਾਜ਼ ਰੀਅਲੀ ਨਾਈਸ ਅਤੇ ਦੇਖਦੇ ਹਾਂ ਆਪਾਂ ਵੀ ਕਿੱਥੇ ਲੰਚ ਕਰਦੇ ਹਾਂ ਮੇ ਬੀ ਇੱਥੇ ਜਾਂ ਕਿਤੇ ਹੋਰ ਵਿਲ ਸੀ
ਆ ਜਾ ਯੁਵਰਾਜ, ਭੱਜ ਕੇ ਆ ਜਾ, ਭੱਜ ਕੇ ਭੱਜ ਲਓ, ਭੱਜ ਲਓ, ਭੱਜ ਲਓ। ਵਧੀਆ ਜੀ, ਆਕਲੈਂਡ ਸਿਟੀ ਸੈਂਟਰ ਘੁੰਮਣ ਆਏ ਸੀ। ਇੱਥੇ ਵੈਦਰ ਦਾ ਕੁਛ ਨਹੀਂ ਪਤਾ ਲੱਗਦਾ। ਜਦੋਂ ਘਰੋਂ ਨਿਕਲੇ ਸੀ ਵਧੀਆ ਸਨੀ ਮੌਸਮ ਸੀਗਾ, ਹੁਣ ਇੱਕਦਮ ਮੀਂਹ ਪੈਣ ਲੱਗ ਗਿਆ। ਆਹ ਦੇਖੋ ਸਾਰਾ ਗਿੱਲਾ ਹੋ ਗਿਆ ਪਿੱਛੇ, ਹੁਣ ਦੇਖਦੇ ਹਾਂ ਕੀ ਕਰਨਾ। ਰੇਨ ਰੇਨ ਗੋ ਅਵੇ ਲਿਟਲ ਯੁਵਰਾਜ ਵਾਂਟਸ ਟੂ ਪਲੇ। ਉਹ ਤਾਂ ਜੀ ਪਡਲਸ ਦੇ ਵਿੱਚ ਜੰਪਸ ਮਾਰ ਰਿਹਾ। ਦੇਖਦੇ ਹਾਂ ਹੁਣ ਕੀ ਕਰਦੇ ਹਾਂ, ਆ ਜਾਓ ਚੱਲੀਏ। ਥੈਂਕਫੁਲੀ ਜੀ ਹੁਣ ਮੀਂਹ ਬੰਦ ਹੋ ਗਿਆ। ਹੁਣ ਜਿਵੇਂ ਦੇਖ ਸਕਦੇ ਮੇਰੀ ਸ਼ੇਡਸ ਵਾਪਸ ਆ ਗਈਆਂ, ਸੂਰਜ ਨਿਕਲਿਆ ਆ, ਆਸਾਨੀ ਹੋ ਗਿਆ। ਬਟ ਹੁਣ ਅਸੀਂ ਪਾਰਕਿੰਗ ਲਗਾਈ ਸੀ ਜੀ, ਉਹਦਾ ਟਾਈਮ ਹੁਣ ਖਤਮ ਹੋ ਰਿਹਾ ਅਤੇ ਅਸੀਂ ਜਾ ਕੇ ਗੱਡੀ ਹਿਲਾਉਂਦੇ ਹਾਂ। ਇੱਥੇ ਸਿਟੀ ਸੈਂਟਰ 'ਚ ਪਾਰਕਿੰਗ ਦੀ ਬਹੁਤ ਪ੍ਰੋਬਲਮ ਹੈ, ਵੀ ਇਹੀ ਦੇਖਣਾ ਪੈਂਦਾ। ਟਾਈਮ ਲਿਮਿਟਸ ਬਹੁਤ ਨੇ ਅਤੇ ਚਲੋ ਗੱਡੀ ਹਿਲਾਉਂਦੇ ਹਾਂ, ਨਾਲੇ ਲੰਚ ਟਾਈਮ ਹੋ ਰਿਹਾ ਅਤੇ ਲੰਚ ਕਰਦੇ ਹਾਂ। ਲੈਟਸ ਗੋ, ਲੈਟਸ ਗੋ। ਐਸ਼ਰੇ ਕਿੱਥੇ ਗਈ? ਐਸ਼ਰੇ ਪਾਣੀ ਪੀ ਰਹੀ। ਕ੍ਰੋਸਿੰਗ ਦਿਖਾਈ ਸੀਗੀ। ਚਲੋ ਚਲੋ ਯੁਵਰਾਜ, ਪਾਰਕਿੰਗ ਖਤਮ ਹੋ ਗਈ, ਪੁੱਤ ਆਪਣੀ ਫਾਈਨ ਮਿਲ ਜਾਣਾ। ਇੱਥੇ ਛੋਟੀ ਜੀ ਮੋਬਾਈਲ ਲਾਇਬ੍ਰੇਰੀ ਬਣਾਈ ਹੋਈ ਹੈ। ਹਾਂ, ਇਹ ਬਹੁਤ ਸਹੀ ਚੀਜ਼ ਹੈ, ਫਰੀ ਆਫ ਕੋਸਟ ਇੱਥੇ ਆਓ, ਚੇਅਰ ਲੱਗੀਆਂ ਵਧੀਆ ਨਾ, ਸੀਟਿੰਗ ਲੱਗੀ ਆ, ਆ ਕੇ ਬੈਠੋ ਆਰਾਮ ਨਾਲ ਅਤੇ ਬੁੱਕ ਸਾਰਾ ਪੜ੍ਹੋ, ਤੁਹਾਨੂੰ ਦਿਖਾਉਂਦੇ ਹੋਣੇ। ਆ ਜਾ ਆ ਜਾ ਦਿਖਾਈ। ਇਹ ਆ ਜੋ ਲਾਇਬ੍ਰੇਰੀ ਜਿਹਦਾ ਆਪਾਂ ਗੱਲ ਕਰਦੇ ਪਏ ਸੀਗੇ। ਸ਼ਿਪ ਕੰਡਿੰਗ ਦੇ ਬਣਾਈ ਹੋਈ ਹੈ, ਇਹ ਸਾਰੇ ਬੁੱਕਸ ਆ, ਇੱਥੇ ਬੈਠੋ। ਇਹ ਲੈ ਕੇ ਵੀ ਜਾ ਸਕਦੇ ਬੁੱਕਸ ਕੀ, ਮੈਨੂੰ ਲੱਗਦਾ ਨਾ ਇੱਥੇ ਬਹਿ ਕੇ ਪੜ੍ਹ ਸਕਦੇ ਮੇਰੇ ਖਿਆਲ 'ਚ ਨਾ। ਮਤਲਬ ਪ੍ਰੈਫਰ ਤਾਂ ਇਹ ਕਰਦਾ ਇੱਥੇ ਬੈਠ ਕੇ ਪੜ੍ਹੋ, ਤਾਂ ਕਿ ਫਿਰ ਨੈਕਸਟ ਬੰਦਾ ਵੀ ਪੜ੍ਹ ਸਕਦਾ ਨਾ। ਆਈ ਥਿੰਕ ਇਹ ਲੋਕ ਹੀ ਰੱਖ ਜਾਂਦੇ ਆ ਬੁੱਕਸ ਇੱਥੇ, ਸੌਰਟ ਆਫ ਡੋਨੇਸ਼ਨ ਟਾਈਪ। ਨੋਟ ਸ਼ੋਰ ਬੁੱਕ ਦਾ ਬੜਾ ਇੱਕ ਵੀ ਹੋ ਗਿਆ, ਅਗਰ ਤੁਸੀਂ ਰੀਡਿੰਗ ਦਾ ਸ਼ੌਕੀਨ ਸ਼ੌਕੀਨ ਹੋ ਜਾਂ ਰੀਡਿੰਗ ਦਾ ਸ਼ੌਕ ਰੱਖਦੇ ਹੋ, ਇੱਥੇ ਆਓ। ਇੱਥੇ ਨਹੀਂ ਬੈਣਾ, ਇਹ ਗਿੱਲਾ ਹੈਗਾ। ਗਿੱਲਾ ਪੁੱਤੋ, ਚੱਲ ਕਾਰ 'ਚ ਬੈਠੀਏ, ਆ ਜਾ। ਥੋੜ੍ਹਾ ਜਿਹਾ ਸਨੀ ਹੋਇਆ ਨਾ, ਕਿੰਨਾ ਸਹੀ ਹੋ ਜਾਂਦਾ ਸਾਰਾ, ਹੈ ਨਾ ਇੱਥੇ। ਜਿਰਾਫ ਕਿੱਥੇ ਆ? ਓ ਜਿਰਾਫ ਯਾਦ ਹੈ ਨਾ, ਹਾਂ ਜਿਰਾਫ ਜ਼ੂ ਦੁਬਾਰੇ ਚੱਲਾਂਗੇ ਪੁੱਤ, ਜਿਨ੍ਹਾਂ ਨੇ ਦੇਖੀ ਹੋਣੀ ਆਪਣੀ ਜ਼ੂ ਵਾਲੀ ਵੀਡੀਓ, ਉਹਨਾਂ ਨੂੰ ਪਤਾ ਹੋਊਗਾ ਹੈ ਨਾ, ਕੈਮਰੇ ਦੇ ਵਿੱਚ ਕਹਿੰਦਾ ਹੁੰਦਾ ਜਿਰਾਫ ਬੈਠੋ ਯੁਵਰਾਜ। ਉੱਥੇ ਆਪਣੇ ਨਾਲ ਹੀ ਖਾ ਲਓ ਕੁਛ ਨਾ ਕੁਛ ਨਾ। ਚਲ ਮਾਰ ਚਾਲੇ ਚਲੇ। ਦੇਖੋ ਨੀ ਮੀਂਹ ਪੈਂਦਾ ਕਿੰਨਾ ਸਹੀ ਹੋ ਗਿਆ, ਸਨੀ ਵਧੀਆ, ਨਾਲੇ ਹਵਾ ਵੀ ਬੰਦ ਹੋ ਗਈ ਤੇ ਸਾਰੇ ਪ੍ਰਾਈਵੇਟ ਯਾਟ ਤੇ ਵੀ ਸਭ ਦੇ। ਯੁਵਰਾਜ ਓਏ, ਅੱਜ ਨਹੀਂ ਬੁਲਾਉਂਦਾ। ਬੋਟ ਕਿੱਥੇ? ਬੋਟ